ਹੈਲੋ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਪੰਜਾਬੀ ਸਟਾਈਲ ਕੁਕਿੰਗ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਸਪੰਜੀ ਰਸਗੁੱਲੇ ਜਿਹੜੇ ਕਿ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੇ ਆ ਜਿਸ ਤਰ੍ਹਾਂ ਤੁਹਾਨੂੰ ਸਰਦੀਆਂ ਵਿੱਚ ਜਿਹੜੀ ਗੁਲਾਬ ਜਾਮਨ ਹੁੰਦੀ ਆ ਉਹ ਪਸੰਦ ਹੁੰਦੀ ਆ ਗਰਮ ਗਰਮ ਇਸੇ ਤਰ੍ਹਾਂ ਜਿਹੜੇ ਆ ਸਪੰਜੀ ਰਸਗੁੱਲੇ ਆ ਗਰਮੀਆਂ ਵਿੱਚ ਬਹੁਤ ਹੀ ਸਵਾਦ ਲੱਗਦੇ ਆ ਠੰਡੇ ਠੰਡੇ ਤੇ ਆਹ ਉਹ ਅਸੀਂ ਤੁਹਾਨੂੰ ਬਣਾ ਕੇ ਦੱਸਿਆ ਕਿ ਕਿੱਦਾਂ ਬਣਦੇ ਆ ਸਭ ਤੋਂ ਪਹਿਲਾਂ ਅਸੀਂ ਏਕਲਾਵਾਂਗੇ ਪਤੀਲਾ ਇਨੂੰ ਅਸੀਂ ਰੱਖਾਂਗੇ ਗੈਸ ਉੱਤੇ ਅਸੀਂ ਇਹਦੇ ਵਿੱਚ ਪਾਵਾਂਗੇ ਦੁੱਧ ਜਿਹੜਾ ਅਸੀਂ ਦੁੱਧ ਲੈਣਾ ਇਹ ਅਸੀਂ ਗੋਕਾ ਦੁੱਧ ਲੈਣਾ ਹੈ ਗੋਕਾ ਦੁੱਧ ਗਾਂ ਦਾ ਦੁੱਧ ਹੁੰਦਾ ਹੈ ਅਸੀਂ 2 ਕਿਲੋ ਦੁੱਧ ਲਿਆ ਹੈ ਦੁੱਧ ਅਸੀਂ ਇਹ ਸਾਡਾ ਕੱਚਾ ਦੁੱਧ ਹੈ ਮਤਲਬ ਫੁੱਲ ਫੈਟ ਜਿਹੜਾ ਕਰੀਮ ਵਾਲਾ ਦੁੱਧ ਹੁੰਦਾ ਇਹ ਉਹ ਵਾਲਾ ਹੈ ਹੁਣ ਅਸੀਂ ਜਿਹੜਾ ਦੁੱਧ ਇਹਨੂੰ ਉਹ ਵਾਲਾ ਦਵਾਣਾ ਅਸੀਂ ਲਗਾਤਾਰ ਇਹਦੇ ਵਿੱਚ ਕੜਸ਼ੀ ਚਲਾਵਾਂਗੇ ਕਿ ਅਸੀਂ ਲਗਾਤਾਰ ਕੜਸ਼ੀ ਤਾਂ ਚਲਾਣੀ ਹੈ ਕਿ ਇਹਦੇ ਉੱਤੇ ਮਲਾਈ ਨਾ ਆਵੇ ਗੈਸ ਨੂੰ ਅਸੀਂ మీడియం ਜਾਂ ਹਾਈ ਫਲੇਮ ਉੱਤੇ ਰੱਖਾਂਗੇ ਨਾਲ ਨਾਲ ਇਹਨੂੰ ਅਸੀਂ ਹਿਲਾਈ ਜਾਵਾਂਗੇ ਦੇਖੋ ਦੁੱਧ ਨੂੰ ਉਬਾਲਾ ਆ ਚੁੱਕਾ ਹੈ ਹੁਣ ਅਸੀਂ ਇਹਨੂੰ ਗੈਸ ਨੂੰ ਆਫ ਕਰਕੇ ਇਹਨੂੰ ਅਸੀਂ ਥੱਲੇ ਉਤਾਰ ਲਵਾਂਗੇ 1 ਮਿੰਟ ਦੇ ਲਈ ਅਸੀਂ ਕੜਛੀ ਦੇ ਨਾਲ ਇਦਾਂ ਦੁੱਧ ਨੂੰ ਹਿਲਾਵਾਂਗੇ ਲਗਾਤਾਰ ਥੋੜਾ ਜਿਹਾ ਅਸੀਂ ਇਹਨੂੰ ਠੰਡਾ ਕਰਾਂਗੇ ਅਸੀਂ ਪਨੀਰ ਬਣਾਉਣ ਦੇ ਲਈ 2 ਚਮਚ ਅਸੀਂ ਵਿਨੇਗਰ ਦੇ ਲਾ ਲੇ ਆ ਤੇ ਇਹਦੇ ਵਿੱਚ ਅਸੀਂ ਥੋੜਾ ਜਿਹਾ ਪਾਣੀ ਨੂੰ ਪਾਵਾਂਗੇ 2 ਚਮਚ ਵਿਨੇਗਰ ਦੇ 2 ਚਮਚ ਹੀ ਅਸੀਂ ਸਿਰਫ ਪਾਣੀ ਪਾਵਾਂਗੇ ਜਿਆਦਾ ਨਹੀਂ ਪਾਣਾ ਤੇ ਹੁਣ ਅਸੀਂ ਇਹਨੂੰ ਇਹਦੇ ਵਿੱਚ ਪਾ ਕੇ ਤੇ ਪਨੀਰ ਨੂੰ ਫਟਾਵਾਂਗੇ ਦੇਖੋ ਜਿਵੇਂ ਸਾਡਾ ਦੁੱਧ ਹੈ ਇਹ ਫਟ ਕੇ ਤਿਆਰ ਹੋ ਚੁੱਕਾ ਹੈ ਤੇ ਇਹਦੇ ਵਿੱਚ ਨੋਟ ਕਰਨ ਵਾਲੀ ਗੱਲ ਇੱਕ ਜ਼ਰੂਰੀ ਇਹ ਹੈ ਕਿ ਜਦੋਂ ਵੀ ਅਸੀਂ ਸਪੰਜੀ ਰਸਗੁਲੇ ਬਣਾਣੇ ਆ ਇਹਦੇ ਲਈ ਅਸੀਂ ਗਾਂ ਦਾ ਦੁੱਧ ਹੀ ਵਰਤਣਾ ਹੈ ਇਹਦੇ ਨਾਲ ਬਹੁਤ ਹੀ ਜ਼ਿਆਦਾ ਸੌਫਟ ਬਣਦੇ ਆ ਹੁਣ ਅਸੀਂ ਇਹਨੂੰ ਇੱਕ ਕੱਪੜੇ ਦੇ ਵਿੱਚ ਨਚੋੜ ਲਵਾਂਗੇ ਇਸ ਤਰ੍ਹਾਂ ਅਸੀਂ ਇਹਦੇ ਉੱਤੇ ਪਾਣੀ ਰੱਖ ਕੇ ਉੱਪਰ ਸੂਤੀ ਕੱਪੜਾ ਰੱਖ ਕੇ ਕੋਈ ਵੀ ਤੇ ਜਿਹੜਾ ਆਪਣਾ ਸਾਰਾ ਪਨੀਰ ਹੈ ਇਹਨੂੰ ਚੋਲ ਲਵਾਂਗੇ ਉਨਾ ਸੀ ਇਹਦੇ ਵਿੱਚ ਥੋੜਾ ਜਿਹਾ ਸੀ ਠੰਡਾ ਪਾਣੀ ਪਾਵਾਂਗੇ ਕਿ ਜਿਹੜਾ ਪਨੀਰ ਆ ਥੋੜਾ ਠੰਡਾ ਹੋ ਜੇ ਨਾਲੇ ਜਿਹੜਾ ਸਿਰਕੇ ਦਾ ਖੱਟਾਪਨ ਹੈਗਾ ਥੋੜਾ ਨਿਕਲ ਜਾਏ ਇਹਦਾ ਅਸੀਂ ਆਪਣੇ ਕੱਪੜੇ ਨੂੰ ਚਾਰੇ ਕੋਨਿਆਂ ਤੋਂ ਫੜ ਕੇ ਇਹਨੂੰ ਨਿਚੋੜ ਲਵਾਂਗੇ ਅਸੀਂ ਇਹਨੂੰ ਘੁੱਟ ਕੇ ਨਹੀਂ ਨਿਚੋੜਨਾ ਥੋੜਾ ਜਿਹਾ ਜੀ ਅਸੀਂ ਇਹਦੇ ਵਿੱਚ ਜਿਹੜਾ ਪਾਣੀ ਹੈ ਉਹ ਰਹਿਣ ਦੇਣਾ ਬਹੁਤਾ ਡਰਾਈ ਨਹੀਂ ਰੱਖਣਾ ਹੈਗਾ ਹੁਣ ਅਸੀਂ ਜਿਹੜਾ ਪਨੀਰ ਹੈ ਇਹਨੂੰ ਬੰਨ ਕੇ ਥੋੜੀ ਦੇਰ ਦੇ ਲਈ ਰੱਖ ਦਵਾਂਗੇ ਇਹਨੂੰ ਅਸੀਂ ਘੱਟੋ ਘੱਟ ਅੱਧੇ ਘੰਟੇ ਲਈ ਰੱਖ ਕੇ ਬਾਅਦ ਵਿੱਚ ਅਸੀਂ ਇਹਦੇ ਸੁਪੰਚ ਰਸ ਗੁੱਲੇ ਤਿਆਰ ਕਰਾਂਗੇ ਅੱਧਾ ਘੰਟਾ ਹੋ ਚੁੱਕਾ ਹੈ ਹੁਣ ਅਸੀਂ ਜਿਹੜਾ ਪਨੀਰ ਹੈ ਇਹਨੂੰ ਅਸੀਂ ਇੱਕ ਥਾਲੀ ਦੇ ਵਿੱਚ ਜਾਂ ਪਲੇਟ ਵਿੱਚ ਇਦਾਂ ਖੋਲ ਕੇ ਰੱਖ ਲਵਾਂਗੇ ਹੁਣ ਅਸੀਂ ਜਿਹੜਾ ਇਹ ਪਨੀਰ ਹੈਗਾ ਇਹਨੂੰ ਅਸੀਂ ਆਪਣੇ ਹੱਥ ਦੇ ਨਾਲ ਇੰਨਾ ਸਮੂਥ ਕਰਨਾ ਹੈ ਜਿਹੜੀ ਸਾਡੀ ਹਥੇਲੀ ਹੁੰਦੀ ਹੈ ਅਸੀਂ ਇਹਦੇ ਨਾਲ ਇਹਨੂੰ ਮਲ ਮਲ ਕੇ ਬਿਲਕੁਲ ਇਹਦੇ ਨਾਲ ਬਿਲਕੁਲ ਅਸੀਂ ਸਮੂਥ ਕਰ ਦੇਣਾ ਇਸੇ ਤਰ੍ਹਾਂ ਅਸੀਂ ਇਹਨੂੰ ਅਸੀਂ ਮਲੀ ਜਾਵਾਂਗੇ ਜਿੰਨੀ ਦੇਰ ਤੱਕ ਇਹ ਪੂਰਾ ਮਤਲਬ ਸੌਫਟ ਇੱਕ ਡੋ ਤਿਆਰ ਨਹੀਂ ਹੁੰਦਾ ਉਨੀ ਦੇਰ ਤੱਕ ਅਸੀਂ ਇਹਨੂੰ ਅਸੀਂ ਮਲਾਂਗੇ ਇਦਾਂ ਅਸੀਂ ਇਹਨੂੰ ਲਗਾਤਾਰ ਮਲਾਂਗੇ ਜਿਹੜੇ ਇਹਦੇ ਵਿੱਚ ਦਾਣੇ-ਦਾਣੇ ਪਨੀਰ ਦੇ ਹੋਣਗੇ ਚੰਗੀ ਤਰ੍ਹਾਂ ਜਿਹੜੇ ਸਾਰੇ ਖਤਮ ਹੋ ਜਾਣਗੇ ਉਨੀ ਦੇਰ ਤੱਕ ਅਸੀਂ ਇਹਨੂੰ ਮਲਣਾ ਹੈ ਅਸੀਂ ਇਹ ਪਨੀਰ ਨੂੰ ਚੰਗੀ ਤਰ੍ਹਾਂ ਮਲ ਲਿਆ ਹੈ ਦੇਖੋ ਇਹਦਾ ਇੱਕ ਸਮੂਧ ਜਿਹੜਾ ਪੇੜਾ ਲਾ ਕੇ ਤਿਆਰ ਹੋ ਜਾਣਾ ਹੁਣ ਹੁਣ ਅਸੀਂ ਇਹਦੇ ਛੋਟੇ-ਛੋਟੇ ਪੇੜੇ ਬਣਾਵਾਂਗੇ ਓਨੀ ਦੇਰ ਤੱਕ ਅਸੀਂ ਜਿਹੜੀ ਸਭ ਤੋਂ ਪਹਿਲਾਂ ਅਸੀਂ ਜਿਹੜੀ ਚਾਣੀ ਜਿਹੜੀ ਇਹਦੇ ਵਾਸਤੇ ਪਾਣੀ ਰੱਖਣਾ ਹੈ ਜਿਨ੍ਹਾਂ ਵਿੱਚ ਅਸੀਂ ਇਹ ਬਣਾਣੇ ਹਨ ਉਹ ਤਿਆਰ ਕਰ ਲਈਏ ਗੈਸ ਉੱਤੇ ਅਸੀਂ ਸਭ ਤੋਂ ਪਹਿਲਾਂ ਇੱਕ ਕੜਾਈ ਰੱਖਾਂਗੇ ਇਹਦੇ ਵਿੱਚ ਅਸੀਂ ਇੱਕ ਕੋਲੀ ਖੰਡ ਦੀ ਪਾਵਾਂਗੇ ਇਹ ਹੀ ਕੋਲੀ ਦੀ ਮੈਜ਼ਰਮੈਂਟ ਦੇ ਨਾਲ ਅਸੀਂ ਪੰਜ ਕੋਲੀਆਂ ਪਾਣੀ ਦੀਆਂ ਪਾਣੀਆਂ ਹੈ ਅਸੀਂ ਇਹਦੀ ਮਤਲਬ ਚਾਣੀ ਨਹੀਂ ਬਣਾਣੀ ਹੈ ਸਿਰਫ ਇੱਕ ਨਾਰਮਲ ਜਿੱਦਾ ਸਰਪ ਹੁੰਦਾ ਹੈ ਖੰਡ ਤੇ ਪਾਣੀ ਦਾ ਤੇ ਉਹ ਅਸੀਂ ਬਣਾ ਕੇ ਤਿਆਰ ਕਰਨਾ ਹੈ ਇਹਦੇ ਵਿੱਚ ਅਸੀਂ ਦੋਕ ਜਿਹੜੀਆਂ ਹਰੀਆਂ ਇਲਾਇਚੀਆਂ ਉਹ ਵੀ ਪਾ ਦਵਾਂਗੇ ਉਹਦੇ ਨਾਲ ਜਿਹੜਾ ਫਲੇਵਰ ਹੈ ਉਹ ਬਹੁਤ ਸੋਹਣਾ ਆਏਗਾ ਜੇ ਤੁਸੀਂ ਪਸੰਦ ਕਰਦੇ ਹੋ ਤਾਂ ਤੁਸੀਂ ਪਾ ਲਿਓ ਜੇ ਤੁਸੀਂ ਨਹੀਂ ਪਸੰਦ ਕਰਦੇ ਹੋ ਤੇ ਨਾ ਪਾਓ ਹੁਣ ਅਸੀਂ ਦੂਜੀ ਸਾਈਡ ਤੇ ਜਿਹੜੇ ਇਹਦੇ ਅਸੀਂ ਛੋਟੇ-ਛੋਟੇ ਜਿਹੜੇ ਅਸੀਂ ਪੇੜੇ ਬਣਾਵਾਂਗੇ ਛੋਟੇ-ਛੋਟੇ ਬਣਾਨੇ ਆ ਇਨ ਐਕਸਰਸਾਈਜ਼ ਦੇ ਇਸ ਤਰ੍ਹਾਂ ਅਸੀਂ ਬਣਾਵਾਂਗੇ ਕਿ ਇਹਦੇ ਵਿੱਚ ਕੋਈ ਤਰੇੜ ਨਾ ਹੋਵੇ ਜੇ ਇੱਦਾਂ ਇਹਦੇ ਵਿੱਚ ਕੋਈ ਤਰੇੜ ਹੋਈ ਜਦੋਂ ਅਸੀਂ ਇਹਨੂੰ ਪਾਣੀ ਖੰਡ ਵਾਲੇ ਪਾਣੀ ਵਿੱਚ ਪਾਵਾਂਗੇ ਤੇ ਫਟ ਜਾਣਗੇ ਇਸ ਤਰ੍ਹਾਂ ਬਣਾਵਾਂਗੇ ਗੋਲ-ਗੋਲ ਇਸ ਤਰ੍ਹਾਂ ਅਸੀਂ ਬਣਾ ਕੇ ਆਪਣੇ ਸਾਰੇ ਜਿਹੜੇ ਪੇੜੇ ਆ ਇਹਨਾਂ ਨੂੰ ਤਿਆਰ ਕਰ ਲਵਾਂਗੇ ਸਾਡੇ ਸਾਰੇ ਜਿਹੜੇ ਪੇੜੇ ਬਣ ਕੇ ਤਿਆਰ ਹੋ ਗਏ ਆ ਜਿਹੜੇ ਆ ਰਸਗੁੱਲਿਆ ਦੇ ਹੁਣ ਅਸੀਂ ਆ ਪਾਣੀ ਸਾਡਾ ਉਬਲਣਾ ਸ਼ੁਰੂ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਇੱਕ ਇੱਕ ਕਰਕੇ ਇਹਨਾਂ ਨੂੰ ਪਾਵਾਂਗੇ ਸਾਰੇ ਰਸਗੁੱਲੇ ਜਿਹੜੇ ਸਾਡੇ ਆ ਕੜਾਈ ਵਿੱਚ ਪੈ ਚੁੱਕੇ ਆ ਹੁਣ ਅਸੀਂ ਇਹਨੂੰ ਟੱਕ ਕੇ 15-20 ਮਿੰਟ ਦੇ ਲਈ ਪਕਾਵਾਂਗੇ ਤਾਂ ਜੋ ਜਿਹੜੀ ਚਾਣੀ ਹੈ ਚੰਗੀ ਤਰ੍ਹਾਂ ਚੂਸ ਲੈਣ ਮਤਲਬ ਰਸਗੁੱਲੇ ਚੰਗੀ ਤਰ੍ਹਾਂ ਪੱਕ ਜਾਣ 15-20 ਮਿੰਟ ਦੇ ਬਾਅਦ ਅਸੀਂ ਇਹਨੂੰ ਚੱਕ ਰਾਂਗੇ ਫਿਰ 20 ਮਿੰਟ ਦੇ ਬਾਅਦ ਅਸੀਂ ਦੇਖਿਆ ਦੇਖੋ ਜਿਹੜੇ ਸਾਡੇ ਰਸਗੁੱਲੇ ਹੈਗੇ ਆ ਇਹ ਪੱਕ ਕੇ ਤਿਆਰ ਹੋ ਚੁੱਕੇ ਆ ਅਸੀਂ ਇਹਨਾਂ ਨੂੰ ਠੰਡਾ ਹੋਣ ਲਈ ਰੱਖ ਦਵਾਂਗੇ ਹੁਣ ਬਾਅਦ ਵਿੱਚ ਅਸੀਂ ਇਹਨਾਂ ਨੂੰ ਤੁਹਾਨੂੰ ਚੈੱਕ ਕਰਕੇ ਦੱਸਾਂਗੇ ਕਿ ਇਹ ਕਿਸ ਤਰ੍ਹਾਂ ਦੇ ਬਣੇ ਆਂ ਦੇਖੋ ਸਾਡੇ ਜਿਹੜੇ ਰਸਗੁੱਲੇ ਆ ਠੰਡੇ ਹੋ ਗਏ ਆ ਦੇਖੋ ਇਹਨਾਂ ਦੇ ਅੰਦਰ ਤੱਕ ਪਾਣੀ ਗਿਆ ਹੈ ਕਿ ਜਦੋਂ ਅਸੀਂ ਇਹਨੂੰ ਮਤਲਬ ਇੱਕ ਵਾਰੀ ਇਦਾਂ ਨਿਚੋੜ ਕੇ ਦੇਖਦੇ ਆਂ ਦੇਖੋ ਕਿਦਾਂ ਅੰਦਰੋਂ ਚਾਣੀ ਨਿਕਲਦੀ ਹੈ ਇਹਨੂੰ ਫੇਰ ਵਿੱਚ ਜਦੋਂ ਪਾ ਦਿੰਦੇ ਆਂ ਫੇਰ ਆਪਣਾ ਉਹੀ ਸਾਈਜ਼ ਲੈ ਲੈਂਦਾ ਹੈ ਸਾਰੇ ਜਾਨੇ ਨੂੰ ਜ਼ਰੂਰ ਟਰਾਈ ਕਰਿਓ ਤੇ ਬਣਾ ਕੇ ਦੇਖਿਓ ਔਰ ਮੈਨੂੰ ਕਮੈਂਟ ਕਰਕੇ ਦੱਸੋ ਕਿ ਕਿੱਦਾਂ ਦੇ ਬਨੇ ਆ ਸਾਰਿਆਂ ਦਾ ਧੰਨਵਾਦ ਤੇ ਥੈਂਕ ਯੂ